रुक जा बंद कर सारे पहले पिट्टी खिलाने ओ यार ना देखा आपने लापरवाही का नतीजा है आए मजे आए 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 कर दे डिलीट कर दे चलो पहला ट्रिगर स्टार्ट ते टाइम हो गया जे तरी यार इनु हुन आलू भाजी ढिल्लोप्रीत नू ते महावीर नू ते पिंड दा नां पखोगे सारे नू पता ही होना वा दस दिए ते गुरद्वारे साहिब दे पहला तुसीं दर्शन करो सारे जणे अंदर जाके यार करा देने ही गे पर चल चल दी चंगा है चल दी गड्डी करा देने हैं मरे ओ कोई नहीं कर देने माड़े जी दिखा देने हैं जूम कर ला कर लिया ਤੇ ਇਹ ਗੱਲ ਵੇਖਣੀ ਆ ਵੀ ਢਿੱਲੋ ਪ੍ਰੀਤ ਵੀਰ ਚਲੋ ਸਾਨੂੰ ਪੂਰਾ ਜਿਹਨੂੰ ਕਹਿੰਦੇ ਵੀ ਵਧੀਆ ਲੱਗਦਾ ਬੜਾ ਮੋਟੀਵੇਟ ਕਰਦਾ ਵਾ ਡੀਮੋਟੀਵੇਟ ਬੰਦਿਆਂ ਨੂੰ ਜਿੰਦਾ ਆਪਣੀਆਂ ਸਟੋਰੀਆਂ ਦੇ ਵਿੱਚ ਵਧੀਆ ਲੱਗਦਾ ਦੇ ਵਲੋਗ ਵੇਖਣ ਨੂੰ ਵੀ ਜਿੱਦਾਂ ਬੰਦਾ ਸੈਡ ਹੋਵੇ ਨਾ ਤੇ ਤਾਂ ਵੀ ਕਿੱਦਾਂ ਦਾ ਹੋ ਜਾਂਦਾ ਮੂਡ ਵਧੀਆ ਹੋ ਜਾਂਦਾ ਸਾਰੇ ਵੇਖਦੇ ਜੀ ਨਹੀਂ ਤੂੰ ਆ ਮੇਰਾ ਵੇਖਦੇ ਜੀ ਤੂੰ ਪਹਿਲਾਂ ਸਨੈਪਚੈਟਾਂ ਪਾਈ ਜਾ ਤੇ ਵਧੀਆ ਬੰਦਾ ਯਾਰ ਹਰ ਇੱਕ ਨਾਲ ਮਤਲਬ ਕਿ ਜਿੰਦਾ ਵਧੀਆ ਹੱਸ ਕੇ ਮਿਲਦਾ ਆਪਾਂ ਵੀ ਵੇਖਣ ਚੱਲੇ ਸੀ ਵੀ ਸਾਨੂੰ ਕਿੰਦਾ ਮਤਲਬ ਕਿ ਮਿਲਦਾ ਵਧੀਆ ਲੱਗਦਾ ਵਧੀਆ ਮਿਲਦਾ ਹਾਂ ਸੁਭਾਅ ਚੈੱਕ ਕਰਦੇ ਨਾਲੇ ਸਵੇਰ ਦੀ ਜਿਹੜੀ ਕੀ ਪੀਣੀ ਆਪਾਂ ਉਹਦੇ ਹੱਥ ਦੀ ਮਹਾਵੀਰ ਦੀ ਚਾਹ ਮਹਾਵੀਰ ਦੀ ਚਾਹ ਕਿਹੜੀ ਲੋਗ ਵਾਲੀ ਮਹਾਵੀਰ ਦੇ ਹੱਥ ਦੀ ਚਾਹ ਆਹੋ ਮਹਾਵੀਰ ਦੀ ਚਾਹ ਸਾਰੇ ਹੋਰ ਕੁਝ ਕੱਢ ਕੇ ਬਣਾ ਦੇ ਤੁਹਾਨੂੰ ਗੋਲ ਨਹੀਂ ਅਲਾਉਡ ਅੱਛਾ ਨੋਨ ਵੈਜ ਹੋ ਗਿਆ ਨੋਨ ਵੈਜ ਹੋ ਸੌਰੀ ਕਹਦੇ ਵਾ ਸੌਰੀ ਸਕੂਨੇ ਨਹੀਂ ਮੰਗੀ ਤੇ ਇੱਥੇ ਬੱਗਾ मेनू नहीं यकीन हो चढ़ो दरबार साहब मत्था टेक चलो अगे मिलते हैं मेरी यार सारे शिकायत आई है एक काम नहीं करते सिर्फ दो मिनट लगने है। नहीं, यार वीडियो भी वेख लेंदे सारी दो सेकंड लगने सिर्फ चल यार चल अपने नु ते चल कोई नहीं जिहड़े अपने बंदे करदे ना ओ पता लग जांदा किहड़े किहड़े लाइक आए किहड़े किहड़े नहीं है ना लग ते पता जांदा ही आ ते भी पता लग जांदा नु किहड़ा बंदा साडा अपना किहड़ा नहीं बाकी रही गल जिहड़ी ढिल्लोप्रीत दे जिहड़े फैन आ ओ वेखदे भला भी 650 जिहड़ा इस टाइम सबसक्राइबर आ वेखदे भला भी आ वीडियो दे नाल किन्ने मतलब की गेन हुंदे आ सबसक्राइबर प्लस लाइक चलो ठीक है चैनल नूं सब्सक्राइब कर लो ते वीडियो नूं लाइक कर लो हुणे ही ते मिलदे तुहानूं अगली क्लिप दे नाल चलो मेरी गल सुनो लाइक सब्सक्राइब शेयर जरूर करना है कर दो जो भी करना शक्करपारा जरूर करना है ढिल्लो प्रीत दे घर यार बाद च चलदे पहला तेरी खाली हां जी पहला कुछ रोके राज हवेली आनी है आपां इदां कीता हैगा भी उदों टाइम बथेरा टिकवा गए ते आपां जेड़ा एयरपोर्ट दे उत्ते गुरुद्वारा वा उत्ते मत्था टेक रहा है पहुंच जांगे हवेली तो अगे पिंड का किदां नैविगेशन हवेली मामा नहीं मेरी गल सुन
ਤੇ ਵਲੌਗ ਜੇ ਮਤਲਬ ਚੱਲ ਜਿੱਦਾਂ ਵੀ ਆ ਕਈ ਵਾਰ ਵੇਖਿਆ ਵਾ ਤੇ ਉਹ ਕਹਿੰਦੇ ਵੀ ਮਤਲਬ ਇਦਾਂ ਉਹਦੇ ਪਿੰਡ ਦੇ ਮੱਝਦੇ ਮੁੱਝਦੇ ਉਧਰ ਮਾਮਾ ਰਾਹ ਵੀ ਨਹੀਂ ਦੱਸਦੇ ਕਈ ਯਾਰ ਗਲਤ ਰਾਹ ਦਿੰਦੇ ਪੁੱਠਾ ਸਿੱਧਾ ਚੱਲ ਯਾਰ ਹਰ ਇੱਕ ਬੰਦਾ ਥੋੜੀ ਹੁੰਦਾ ਉਹ ਕਹਿੰਦਾ ਵਾ ਕਹਿੰਦਾ ਸਾਰੇ ਪਿੰਡ ਦੇ ਨਹੀਂ ਕੁਝ ਕੁ ਬੰਦੇ ਹਾਂ ਸਾਰੇ ਬੰਦੇ ਥੋੜੀ ਹੁੰਦਾ ਦੇ ਆ ਜੇ ਮੰਨ ਲਾ ਇਹ ਥੋੜੀ ਆਪਾਂ ਇੱਕ ਜਣੇ ਨੂੰ ਪੁੱਛਦਾਂਗੇ ਸੱਤ ਮਤਲਬ ਜਿੱਦਾਂ ਰਸਤੇ 'ਚ ਜਿਹੜਾ ਜਿਹੜਾ ਬੰਦਾ ਮਿਲੀ ਜਾਊਗਾ ਥੋੜ੍ਹੀ ਥੋੜ੍ਹੀ ਅੱਗੇ ਜਾ ਕੇ ਪੁੱਛੀ ਜਾਵਾਂਗੇ ਵੀ ਭਾਈ ਤੈਨੂੰ ਰਹਿੰਦਾ ਦਮਨਪ੍ਰੀਤ ਉਹਦਾ ਨਾਮ ਆ ਹੁੰਦਾ ਇਹਨੂੰ ਪ੍ਰਿੰਸ ਕਹਿੰਦੇ ਆ ਠੀਕ ਆ ਢਿੱਲੋ ਪ੍ਰੀਤ ਉਹਨੂੰ ਸਾਰੇ ਆਪਾਂ ਜਾਣਦੇ ਹਾਂ ਚੱਲ ਕੋਈ ਨਹੀਂ ਉਹ ਵੇਖ ਲਾਂਗੇ ਹਵੇਲੀ ਪਹੁੰਚੀ ਤਾਂ ਫਿਰ ਕਰਦੇ ਹਾਂ ਹਵੇਲੀ ਪਹੁੰਚ ਕੇ ਮਿਲਦੇ ਹਾਂ ਲੜੀ ਜਾਂਦੇ ਚੱਲ ਪੋ ਮਹਾ ਮਮਾ ਪਹੁੰਚੇ ਭੁੱਖ ਬੜੀ ਲੱਗੀ ਜੇ ਗੱਡੀ ਲੋਕ ਕਰਦੇ ਡਾਈ ਕਰਾਈ ਜਾਂਦਾ ਮੇਰੀ ਫੋਟੋ ਨਹੀਂ ਆਈ ਹਵੇਲੀ ਪਹੁੰਚ ਗਿਆ ਦਾ ਯਾਰ ਕਰ ਖਿੱਲਰ ਕੇ ਤੁਰੋ ਯਾਰ ਮਾਸਾ ਦੀਪ ਉਹਦਾ ਐਕਸ਼ਨ ਨੀ ਮਾਰਿਆ ਤੂੰ ਜਾ ਲਾਗੇ ਜਾ ਕੇ ਮਾਰ ਫਿਰ ਮਾੜੀ ਮੋਟੀ ਗੱਡੀ ਦਾ ਨਾਂ ਨੀ ਲੈਂਦਾ ਮੂੰਹ ਤੇਰਾ ਮਰੂਤੀ ਦੱਦੀ ਵਰਤਣੀ ਉਹਨੇ ਤੇਰੇ ਮੇਰੀਆਂ ਮੁੱਛਾਂ ਯਾਰ ਸੈੱਟ ਕਰਾ ਦੇ ਵਾ ਉਹ ਆ ਜ਼ਿਆਦਾ ਦੇਰ ਤੱਕ ਚੱਲਿਆ ਹੁਣ ਪੰਨੀ ਕਾ ਤੋਂ ਢਿੱਲੋ ਕਹਿੰਦਾ ਮੋਹਦਾ ਮੂੰਹ ਭਖਦਾ ਇੱਧਰ ਤੇ ਮੇਰਾ ਵੀ ਭਖਣ ਦਿਆ ਵਾ ਉਹ ਸਵੇਰੇ ਕਹਿੰਦੇ ਵੀ ਉਧਰ ਚੜ ਜਾਂਦੇ ਆ ਭਾਈ ਕਿੱਧਰ ਉਹ ਤਰਨਤਾਰਨ ਸਾਹਿਬ ਆਪਾਂ ਨਿਕਲੀਏ ਫਿਰ ਮਿੰਟੋ ਮਿੰਟ ਓਏ ਹੋਇਆ ਨਹੀਂ ਜਾਂ ਆ ਵਾਲਾ ਪਿੱਛੇ ਕਰ ਦੂਗਾ ਸਬਰ ਨਹੀਂ ਹੁੰਦਾ ਕਦੇ ਤੁਹਾਡੇ ਕੋਲ ਮੈਨੂੰ ਇਹ ਹਿਸਾਬ ਲਾ ਲਿਆ ਮੈਂ ਭੁੱਖ ਲੱਗੀ ਕੀ ਹੋ ਜਾਂਦਾ ਸੀ 2 ਮਿੰਟ ਜੇ ਸਾਨੂੰ ਸਬਰ ਕਰ ਲੈਂਦੇ ਆਓ ਯਾਰ ਭੁੱਖ ਕਿੱਦਾਂ ਟੇਸਟ ਹੈ ਕਿ ਨਹੀਂ ਵਧੀਆ ਵਾ ਕਨਵਰਸੇਸ਼ਨ ਗਲਤ ਹੋ ਗਈ ਆ ਕੀ ਥਾਰ ਦੇ ਜਿੱਦਾਂ ਰੋਡ ਤੇ ਆਏ ਹੋ ਕਰਦੇ ਆ ਮੈਂ ਉਹਦੀ ਵੇਖੀ ਕਿ ਲੋਕ ਵਿੱਚ ਨਾ ਜਦੋਂ ਜਿੰਮ ਤੋਂ ਆਉਂਦਾ ਨਾ ਹਾਂ ਵਾਪਸ ਥਾਰ ਦੀ ਸਪੀਡ ਵੇਖੀ ਕਿ ਉਹਦੀ ਕਿੰਨੀ ਹੁੰਦੀ ਹੈ 100 ਪਲੱਸ ਹੁੰਦੀ ਆ 100 ਵੀ ਹੁੰਦੀ ਕਿ ਇਹਦੀ ਟਿਊਨ ਕਰਾਈ ਦੀ ਉਹਨੇ ਗੱਡੀ ਹੋ ਗਈ ਨਹੀਂ ਸਟੇਜ ਹੁੰਦੀ ਆ ਜਿੱਦਾਂ ਗੇਮ ਵਿੱਚ ਆਪਾਂ ਕਰਦੇ ਨਾ ਸਟੇਜਾਂ ਗੱਡੀਆਂ ਦੀਆਂ ਜਿੱਦਾਂ ਪੈਸੇ ਦੇ ਕੇ ਹੁੰਦਾ ਗੱਡੀਆਂ ਦੀਆਂ ਸਟੇਜਾਂ ਵੱਧਦੀਆਂ ਇੰਜਨ ਮਤਲਬ ਇੰਜਨ ਵੱਡਾ ਹੁੰਦਾ ਗਾਣੇ ਗੁਣੇ ਲਾ ਛੱਡੋ ਗਾਣਾ ਨਹੀਂ ਲਾਉਣਾ ਯਾਰ ਕਾਪੀਰਾਈਟ ਆ ਜਾਂਦਾ ਜੀ
ਜਾਣਾ ਜੀ ਆਏ ਕਿੱਥੋਂ ਜੇ ਬਟਾਲੇ ਤੋਂ ਓ ਜੀ ਚਾਹ ਪੀਣੀ ਆ ਨਹੀਂ ਨਹੀਂ ਬਸ ਬਸ ਸਹੀ ਸੇਵਾ ਸਭ ਤੋਂ ਅੱਗੇ ਜਾਗਣਾ ਹਾਂ ਜੀ ਜੀ ਅੱਗੇ ਜਾ ਕੇ ਲਿਫਟ ਹੋ ਜਾਣਾ ਜੀ ਲਿਫਟ ਜਾਂਦੇ ਰੈਡ ਜਾਂਦੇ ਰੈਡ ਜਾਣਾ ਡਰਾਈਵਰ ਸਾਈਡ ਤੋਂ ਆਏ ਜਾ ਕੇ ਠੀਕ ਹੈ ਹਲੇ ਮੈਂ ਪੁਲ ਵਾਲਾ ਨਹਿਰ ਦਾ ਹਾਂ ਜੀ ਨਹਿਰ ਦਾ ਪੁਲ ਕ੍ਰੋਸ ਕਰਕੇ ਨਾ ਤਿੰਨ ਸੜਕਾਂ ਜਾਂਦੀਆਂ 1 2 3 ਠੀਕ ਹੈ ਜਿਹੜੀ 3 ਆਈ ਲਾਸਟ ਹੈ ਨਾ ਜਾਂਗੀਰ ਵਾਲੀ ਹਾਂ ਜੀ ਮੈਂ ਇੱਥੋਂ ਲੈ ਕੇ ਤੱਕ 35 ਤੱਕ ਕਿੰਨਾ ਗਿਆ ਜਾਣ ਕੇ ਇੱਥੋਂ ਚੱਲ ਕੇ 50 ਆਪਣੇ ਜਾਣ ਕੇ 500 ਕਿਲੋਮੀਟਰ 50 ਕਿਲੋਮੀਟਰ ਪੂਰਾ ਕਿਲੋਮੀਟਰ ਨਹੀਂ ਹੈਗਾ ਠੀਕ ਉੱਥੇ ਨਾਲ ਜਾ ਕੇ ਸਿੱਧਾ ਢਿੱਲੋ ਫਰੀਦ ਉੱਥੇ ਨਵੇਂ ਛੱਤਨ ਦੇਣਾ ਠੀਕ ਹੈ ਧੰਨਵਾਦ ਭਾਈ ਧੰਨਵਾਦ ਨਹੀਂ ਵਾਕੇ ਯਾਰ ਨਹੀਂ ਮੈਂ ਜਿਹੜੀ ਢਿੱਲੋ ਫਰੀਦ ਗੱਲ ਕਹਿੰਦਾ ਨਾ ਵਲੋਗਾਂ ਦੇ ਵਿੱਚ ਲੋਕੀ ਪਤਾ ਨਹੀਂ ਹੁਣ ਸਾਨੂੰ ਇਹਨਾਂ ਨੂੰ ਸਹੀ ਦੱਸਿਆ ਗਿਆ ਨਹੀਂ ਅੱਗੇ ਜਾ ਕੇ ਪਤਾ ਲੱਗੇਗਾ ਹੁਣ ਨਹੀਂ ਸਹੀ ਹੋਏਗਾ ਲੋਕੀ ਜਿਹਨੂੰ ਕਹਿੰਦੇ ਵੇਲਾ ਕਿਨੇ ਮਾਰਨਾ ਨੇ ਕਿਹਾ ਵੀ ਚਾਹ ਪਾਣੀ ਪੀਓਗੇ ਭਾਈ ਦਾ ਨਾਂ ਸੁਣ ਕੇ ਚਾਹ ਪਾਣੀ ਇਹਨੂੰ ਤਾਂ ਕਹਿੰਦੇ ਚੜਾਈ ਉਹਨੇ ਇਹ ਵੀ ਕਿਹਾ ਸੀ ਵਲੋਗ ਚ ਕਿ ਕੋਈ ਕੋਈ ਕਰਦਾ ਹਰ ਕੋਈ ਕੋਈ ਕਰਦਾ ਕੋਈ ਕੋਈ ਯਾਰ ਸਾਰੇ ਮਾੜੇ ਨਹੀਂ ਆ ਹਰ ਇੱਕ ਮਾੜਾ ਨਹੀਂ ਹੁਣ ਸਾਡੇ ਮਹੱਲੇ ਵਿੱਚ ਵੀ ਤੈਨੂੰ ਪਤਾ ਹੈਗਾ ਹੀ ਆ ਸਾਰਿਆਂ ਦੇ ਕੋਈ ਨਾ ਕੋਈ ਬੰਦਾ ਹੁੰਦਾ ਹੀ ਆ ਆ ਜਿੱਦਾਂ ਇੱਥੋਂ ਉਹਨਾਂ ਨੇ ਕਿੱਥੋਂ ਕਿਹਾ ਸੀ ਲੈਫਟ 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 ਰਾਈਟ ਕਿਹਾ ਸੀ ਲੱਲੂ ਜਾਣਾ ਤੈਨੂੰ ਨਹੀਂ ਕਿਹਾ ਪਤਾ ਓਏ ਜਾਰੀ ਓਏ ਕੋਈ ਯਾਰ ਕਵਰ ਕਰ ਦੋ ਨਾ ਨਾ ਲਓ ਬੰਦੇ ਦਾ ਵਿੱਚ ਕੀ ਦਾ ਕੱਟ ਦੇ ਲੂ ਆਪ ਕਵਰ ਕਰ ਦੋ ਕਵਰ ਅਪ ਜਹਾਂਗੀਰ ਵਾਲੀ ਕਿਹੜੀ ਪੁੱਛ ਲੋ 1 2 3 ਅੱਗੋ ਜਾ ਕੇ ਆ ਇੱਥੋਂ ਨਹੀਂ ਅੱਗੋ ਜਾ ਕੇ ਬਿਮਾਰੀ ਕਣਕਾਂ ਬੈਠੀਆਂ ਜਿਹੜੀਆਂ ਪਿੱਛੇ ਪੱਕੀਆਂ ਉਹ ਨੀ ਬੈਠੀਆਂ ਯਾਰ ਕਈ ਕਈ ਪੈ ਗਈਆਂ ਮਾਮਾ ਫਿਰੋਜ਼ਪੁਰ ਵਾਲ ਸਾਰੀਆਂ ਪੈ ਗਈਆਂ ਕਣਕਾਂ ਓਏ ਯਾਰ ਮੰਡੀ ਕਿੱਧਰ ਗਏ ਹਰਮਨਵੀਰ ਵਾਲੇ ਤੇ ਨਹੀਂ ਹੈ ਪਤਾ ਨਹੀਂ ਹਰਮਨਵੀਰ ਵਾਲੇ ਸ਼ਾਇਦ ਹੁਣ ਸਟੋਰੀ ਦੇ ਇੱਥੋਂ ਨਹੀਂ ਪਾਈ ਹੁਣ ਹਾਂਜੀ ਰਾਤ ਦੀ ਪਾਈ ਦੀ ਰਾਤ ਦੀ ਪਾਈ ਵੇਖੀ ਮੈਂ ਚਲੋ ਹਰਮਨਵੀਰ ਦਾ ਮੈਂ ਸਣਾ ਉਹ ਘਰ ਆ ਸਾਹਮਣੇ ਹਾਂਜੀ ਹਾਂਜੀ ਚੱਲੇ ਉਧਰ ਹੀ ਵੇਖਣ ਚੱਲੇ ਆਂ ਰੁਕ ਜਿਓ ਫਿਰ ਇਕੱਠੇ ਚੱਲ ਪੈਂਦੇ ਆਂ ਮੋੜ ਲੈਂਦੇ ਗੱਡੀ ਧੂਆ ਬੜਾ ਮਾਰਦੀ ਹੈ ਕਾਲਾ ਇਹਦਾ ਪਿਸਟਨ ਪੈਨਲ ਵਾਲਾ ਨਹੀਂ ਸਰ ਬਸ ਹੋਣਾ ਚੱਲ ਪੁੱਛ ਲੈਨੇ ਮੜਾ ਯਾ ਪਿਸਟਨ ਪੈਨਲ ਵਾਲਾ ਚੰਡੀਗੜ੍ਹ ਨਹੀਂ ਜਾ ਸਕਦੀ ਗੱਡੀ ਆਇਓ ਪੁੱਛ ਲਈਏ ਕਈ ਵਾਰੀ ਅੱਗੇ ਬਾਈ ਅਸੀਂ ਤੈਨੂੰ ਮਿਲਣ ਮਿਲੇ ਨਹੀਂ ਪਤਾ ਨਹੀਂ ਕੀ ਹਿਸਾਬ ਲਿਖਿਆ ਉਹੀ ਚੀਜ਼ ਹੀ ਪੂਰਾ ਵੇਲਾ ਯੋ ਬ੍ਰੋ ਤੇ ਪੈਂਥਰ ਜੇ ਬਾਹਰ ਆ ਗਿਆ ਤੇ ਪੈਂਥਰ ਭਰਾਵਾ ਨਹੀਂ ਕੁਝ ਕਹਿੰਦਾ ਤੈਨੂੰ ਪੈਂਥਰ ਉਹਨਾਂ ਦਾ ਆ ਗਿਆ ਜੀ ਦੀਪ ਭਾਈ ਕਿੱਥੇ ਆਏ ਜੀ ਚੁੱਪ ਦੀਪ ਭਾਈ ਤੁਸੀਂ ਕਿੱਥੇ ਆਏ ਅੱਜ ਆਪਾਂ ਅੱਜ ਚੰਡੀਗੜ੍ਹ ਆਏ ਨੇ ਕਿੱਥੇ ਨਹੀਂ ਚੰਡੀਗੜ੍ਹ ਨਹੀਂ ਆਏ ਦਿੱਲੀ ਆਏ ਆ ਕੇ ਬਾਜੀ ਜਿਹੜੇ ਰਹਿੰਦੇ ਚੰਡੀਗੜ੍ਹ ਆ ਆਪਾਂ ਉਹਨਾਂ ਕੋਲ ਆਏ ਜਿਹੜੇ ਰਹਿੰਦੇ ਚੰਡੀਗੜ੍ਹ ਇਹਨਾਂ ਯਾਰ ਆ ਵੀ ਵੀਰਾ ਡੇਂਗੂ ਇਹਨਾਂ ਨੂੰ ਪੁੱਛਦੇ ਭਲਾ ਕਿੱਥੋਂ ਆਏ ਵੀਰ ਮੈਂ ਸਾਡੇ ਆਪਾਂ ਦੇ ਫਿਰ ਚੱਲ ਆਪਾਂ ਅੰਬਰਸਰ ਆਏ ਸੀ ਚੱਲ ਤਾਂ ਐ ਨੂੰ ਥੋੜਾ ਜਿਹਾ ਮਤਲਬ ਕਿ ਹੱਲਾ ਮਾਰ ਲੈਣੀ ਤੇ ਹੁੰਦਾ ਸਾਡਾ ਕਿੱਥੇ ਗੇੜਾ ਵੱਜਣਾ ਸੀ ਆਪਾਂ ਕੀ ਵੇਖਣਾ ਸਟੋਰੀ ਸਟੋਰੀ ਵੇਖ ਕਿੱਥੋਂ ਦੀ ਜਨਾਬ
ਥੋੜੀ ਚੈੱਕ ਕਰ ਲਈਏ ਇਹਨਾਂ ਨੂੰ ਪਤਾ ਹਰਮਨਵੀਰ ਦੇ ਘਰ ਦਾ ਹਰਮਨ ਕੋ ਯਾਰ ਬੰਦਾ ਉਹਨਾਂ ਦੇ ਨਾਲ ਹੁੰਦਾ ਭੜਾ ਹੀ ਜਾਂਦਾ ਓਏ ਓਏ ਮੋਟਰ ਅਜੀ ਬਾਹਰ ਆਇਓ ਯਾਰ ਮੈਂ ਇੱਕ ਗੱਲ ਦੱਸਾਂ ਮੈਂ ਮਹਾਵੀਰ ਦੀ ਸਟੋਰੀ ਵੇਖੀ ਆ ਸਨੈਪ ਦੇ ਉੱਤੇ ਲਾਸਟ ਜਿਹੜੀ ਉਹਨਾਂ ਨੇ ਰੂਮ ਸਜਾਇਆ ਸੀ ਨਾ ਉਹਦੀ ਤੇ ਢਿੱਲੋ ਵੀਰ ਦੀ ਵੇਖੀ ਮੈਂ ਇੱਥੋਂ ਦੀ ਰਾਤ ਦੀ ਹਾਂ ਇੱਥੋਂ ਦੀ ਰਾਤ ਦੀ ਬੁਲਟ ਦੀ ਪਹਿਲਾਂ ਵੇਖੀ ਆਹੋ ਬਾਹਰ ਇੱਥੋਂ ਦੀ ਬਾਕੀ ਵੀ ਸਾਰੇ ਸੁੱਤੇ ਦੇ ਹੀ ਆ ਤੇ ਆਪਾਂ ਫਿਰ ਆਪਾਂ ਕਿਹਾ ਠੋਣਾ ਜ਼ਰੂਰ ਆ ਉਹ ਕਹਿੰਦੇ ਵੀ ਅੱਧੇ ਕੁ ਘੰਟੇ ਤੱਕ ਉੱਠ ਜਾਣਾ ਆਪਾਂ ਕਿਹਾ ਫਿਰ ਆਪਾਂ ਉਹਨੀ ਦੇ ਨਾਲੇ ਮੋਟਰ ਆਪ ਨਹੀਂ ਘੁੰਮ ਮੰਨੇ ਆ ਕਹਿੰਦਾ ਮਨਵੀਰ ਵਾਲੀ ਅਤੇ ਨਾਲੇ ਢਿੱਲੋ ਪ੍ਰੀਤ ਵਾਲੀ ਜਿਹੜੀ ਪਾਰਕ ਆ ਵੀਰ ਦੀ ਉਹ ਵੇਖ ਹੁੰਦੀ ਆ ਨਾਲੇ ਇੱਥੇ ਫੋਟੋਆਂ ਖਿੱਚ ਲਈਏ ਤੁਹਾਨੂੰ ਵੀ ਵਿਖਾਉਂਦੇ ਹਾਂ ਕਿੱਦਾਂ ਕੀ ਹਿਸਾਬ ਕਿਤਾਬ ਤਾਂ ਸਾਰਿਆਂ ਨੇ ਵੇਖਿਆ ਹੀ ਆ ਗੱਡੀ ਕਿੱਦਾਂ ਲੱਗੀ ਨਹੀਂ ਕੋਈ ਨਹੀਂ ਆ ਵੀ ਆਪਾਂ ਲਾ ਦਿੰਦੇ ਉੱਥੇ ਜਿੱਥੇ ਉਹ ਲਾਉਂਦੇ ਉੱਥੇ ਆਪਾਂ ਲਾ ਦਿੱਤੀ ਚਲੋ ਹਲੋ ਲੋਕ ਭਾਈ ਇੱਥੇ ਚਲੋ ਚੱਲ ਬਾਰੀ ਦਾ ਯਾਰ ਕੋਈ ਚੱਕਰ ਲੱਗਣ ਦਿਆ ਮੈਨੂੰ ਫੋਨ ਫੜ ਲਾ ਆਪਣਾ ਵਿੱਚ ਜਾਂਦਾ ਸੁੱਟਿਆ ਦਾ ਹੀ ਆਹੋ ਵਿਖਾ ਲਿਆ ਮੈਂ ਇੱਧਰ ਦਾ ਤੇ ਮੋਟਰ ਤੇ ਚਲੀ ਵੇਖੀ ਸਾਰੀ ਉਮਰ ਬਾਪ ਬਾਪੂ ਤੂੰ ਮੇਰੇ ਕਰਿਆ ਏ ਹੁਣ ਬੋਝ ਤੂੰ ਮੈਨੂੰ ਦੇ ਦੇ ਤੇਰੇ ਰੋਲਿਆਂ ਦਾ ਸਿੱਧੂ ਦੀ ਲਾਈਨ ਹੈ ਸਿੱਧੂ ਵੀਰ ਦੀ ਆਹ ਬੜੀ ਚੀਜ਼ ਐਂਡ ਲੱਗੀ ਹੋਏ ਆਹ ਪੌੜੀਆਂ ਵਾਲਾ ਜਿਹੜਾ ਸਿਸਟਮ ਹੈ ਨਾ ਇੱਥੇ ਬਹਿਣ ਦਾ ਵੱਖਰਾ ਹੀ ਸਵਾਦ ਹੁੰਦਾ ਨਹੀਂ ਤੈਨੂੰ ਕੀ ਆ ਵਾ ਲਓ ਜਿਹਦੀ ਇੰਤਜ਼ਾਰ ਸੀ ਜਿਹਨਾਂ ਦਾ ਭਾਜੀ ਆ ਗਏ ਜੀ ਭਾਜੀ ਸੱਚ ਦੱਸੀਏ ਨਾ ਆਪਾਂ ਇੱਥੇ ਹੋਏ ਜੇ ਤੁਹਾਡੀ ਤੁਹਾਡੇ ਹੱਥ ਦੀ ਜਾਂ ਫਿਰ ਜਿਹੜੇ ਮਹਾਵੀਰ ਭਾਜੀ ਆ ਉਹਨਾਂ ਦੇ ਹੱਥ ਦੀ ਜਾਂ ਤੁਹਾਡੇ ਨਾਲ ਬਹਿ ਕੇ ਚਾਹ ਪੀਣਾ ਹੈ ਜੀ ਹੁਣ ਤੁਸੀਂ ਦੱਸੋ ਕੀ ਕਹਿੰਦੇ ਜੇ ਚਲੋ ਆਓ ਭਾਈ ਫਿਰ ਇਕੱਠੇ ਚਲੀ ਹਵੇਲੀ ਨਾਲ ਬਹਿ ਕੇ ਪੀਣੀ ਜੀ ਆਉਂਦਾ ਨੀ ਏਅਰਪੋਰਟ ਤੱਕ ਚਲ ਗਏ ਆਪਾਂ ਇੱਕ ਭਾਜੀ ਮੈਂ ਤੁਹਾਨੂੰ ਕੈਮਰੇ ਦੇ ਸਾਹਮਣੇ ਚੀਜ਼ ਵਿਖਾਉਣੀ ਆ ਤੁਸੀਂ ਜਿਹੜੀ ਸ਼ੁਰੂ ਤੋਂ ਜਦੋਂ ਮਤਲਬ ਕਿ ਤੁਹਾਨੂੰ ਮੈਂ 2018 ਵਿੱਚ ਵੇਖਣਾ ਸ਼ੁਰੂ ਕੀਤਾ ਭਾਜੀ ਠੀਕ ਹੈ ਅਤੇ ਇੱਕ ਸਾਲ ਪਹਿਲਾਂ ਮੈਨੂੰ ਜਿੱਦਾਂ ਤੁਸੀਂ ਜਿੰਮ ਦੀਆਂ ਮੋਟੀਵੇਟ ਪਾਉਂਦੇ ਰਹੇ ਜੀ ਠੀਕ ਹੈ ਆਹ ਸੀਗਾ ਠੀਕ ਹੈ ਕੈਮਰੇ 'ਚ ਵੀ ਵਿਖਾ ਦੇ
ਤੇ ਮੈਂ ਤੁਹਾਨੂੰ ਅੱਜ ਦੀ ਜਿਮ ਦੀ ਸਿਰਫ ਮਤਲਬ ਕਿ ਤੁਹਾਡੀਆਂ ਜਿੰਦਾ ਤੁਹਾਡੀਆਂ ਜਾਂ ਫਿਰ ਮਹਾਵੀਰ ਭਾਈ ਦੀਆਂ ਜਿਹੜੀਆਂ ਫੋਟੋਆਂ ਵੇਖ ਕੇ ਜਿੰਦਾ ਮੋਟੀਵੇਟ ਹੋਇਆ ਉਸ ਤੋਂ ਬਾਅਦ ਚੋਂ ਜਿਵੇਂ ਸ਼ੁਰੂ ਕਰ ਲਿਆ ਹਾਂਜੀ ਬੜੀ ਦੇਰ ਦਾ ਕੀਤਾ ਤਾਂ ਮਤਲਬ ਕਿ ਹੈਗਾ ਵੀ ਨੈਚੁਰਲ ਵਧੀਆ ਤੁਹਾਡੇ ਜਿੰਦਾ ਜਿਹੜੇ ਤੁਸੀਂ ਸ਼ੇਕ ਸ਼ੂਕ ਦੱਸਦੇ ਜੀ ਉਹ ਚੀਜ਼ਾਂ ਵੇਖੋ ਸਾਰਾ ਕੁਛ ਇਹਦਾ ਸਾਂਭਿਆ ਹੋਇਆ ਤੁਹਾਨੂੰ ਰਿਜ਼ਲਟ ਮਿਲਿਆ ਚੀਜ਼ ਦਾ ਰਿਜ਼ਲਟ ਭਾਈ ਤੁਹਾਡੇ ਸਾਹਮਣੇ ਆ ਇੱਦਾਂ ਕਿਵੇਂ ਹੁੰਦਾ ਸੀ ਮੇਰਾ ਮੈਂ ਤੁਹਾਨੂੰ ਹੁਣ ਦੀ ਆਪਣੀ ਜਿੰਮ ਦੀ ਕੋਈ ਫੀਲ ਫੋਟੋ ਵਿਖਾਉਣਾ ਵਾ ਜਿੱਥੇ ਪੰਪ ਹੋਏ ਪੂਰਾ ਸੀਜ਼ਨ ਚਲੋ ਮੈਂ ਥੋੜਾ ਜਿਹਾ ਠੀਕ ਨੀ ਆ ਮੈਂ ਜਿਮ ਜਾਣ ਨੀ ਦਿਆਂ ਭਰਵੀ ਜੀ ਆਵਾਜ਼ ਹੁੰਦੀ ਆ ਸੁੱਤੇ ਉੱਠੇ ਹੁੰਦੇ ਮੈਂ ਉੱਠਿਆ ਮਾਤਾ ਨੀ ਕਹਿੰਦੇ ਵੀਰ ਆਏ ਆਪਾਂ ਦੋ ਵਾਰੀ ਆਏ ਹਾਂ ਤੁਸੀਂ ਤੀਜੀ ਵਾਰੀ ਆਪਾਂ ਤੁਹਾਡੇ ਵਾਲੀ ਵੀ ਪਾਰਕ ਘੁੰਮਾਏ ਆ ਫਿਰ ਹਾਂਜੀ ਉਧਰ ਬਿੱਲੀ ਬੈਠੀ ਸੀ ਕੁਰਸੀ ਤੇ ਉੱਥੇ ਡਾਰਲਿੰਗ ਕੰਮ ਚੱਲਦਾ ਵਾ ਕਮਰੇ ਦੋ ਆ ਆਪਣੇ ਉੱਤੇ ਇੱਕ ਬਾਪੂ ਹੁੰਦਾ ਫਿਰ ਮਾਂ ਵੀ ਸਾਰੇ ਪਰ ਇੱਧਰ ਆ ਜੀਦਾ ਠੀਕ ਹੈ ਮੇਰੀ ਜਾਨ ਓਕੇ ਚਲੋ ਫਿਰ ਇੱਕ ਥੰਬਨੇਲ ਜੋਗੀ ਫੋਟੋ ਕਰਾ ਲਈਏ ਮੈਂ ਤਾਂ ਸ਼ੋਟ ਲੈ ਲਾਂ ਯਾਰ ਮੈਂ ਤਾਂ ਬੰਦ ਲੈ ਲਾਂ ਸਾਰੇ ਇਹ ਚੀਜ਼ਾਂ ਮਨ ਕਰ ਨਹੀਂ ਕਰਨਾ ਗੁਰੂ ਘਰ ਜਾਵਾਂਗੇ ਕੋਈ ਨਾ ਕੋਈ ਆਪਣੇ ਕਿਸੇ ਨਾ ਕਿਸੇ ਪਾਸੇ ਲਾਊਗਾ ਜੀ ਹੁਣ ਆਪਾਂ ਜਿਹੜਾ ਨੌਕਰ ਹੁੰਦਾ ਵਾ ਉਹ ਮਾਲਕ ਦੇ ਰੋਜ਼ ਕੰਮ ਤੇ ਆਉਂਦਾ ਮਾਲਕ ਕਿਤੇ ਨਾ ਕਿਤੇ ਉਹਦੇ ਬਾਰੇ ਸੋਚਦਾ ਹੀ ਆ ਕਿ ਯਾਰ ਇਹਦਾ ਫਾਇਦਾ ਕਰਨਾ ਕਿੱਥੇ ਹੁੰਦਾ ਰੱਬ ਆਪਣਾ ਮਾਲਕ ਆਪਾਂ ਉਹਦੇ ਨੌਕਰ ਹਾਂ ਆਪਾਂ ਉਹਦੇ ਘਰ ਜਾ ਕੇ ਪਤਾ ਕਿੰਨੇ ਰੱਬਾਂ ਗੱਡੀ ਦੇ ਦੇ ਰੱਬਾ ਆਹ ਕੁੜੀ ਦਾ ਬੜਾ ਵਿਆਹ ਕਰਦੇ ਜਦੇ ਆਪਣੇ ਜਿਹੜੇ ਮੁੰਡਿਆਂ ਨੂੰ ਦੇਖੋ ਹੁੰਦੇ ਸਾਡਾ ਕੁੜੀ ਦਾ ਵਿਆਹ ਆ ਜੇ ਪਰ ਆਪਣੇ ਜੋ ਕੁਝ ਆਪਣੇ ਸੋਚਿਆ ਹੁੰਦਾ ਚੰਗਾ ਹੀ ਸੋਚਿਆ ਹੁੰਦਾ ਆਪਾਂ ਰੱਬ ਕੋਲ ਤਰਲੇ ਮਾਰ ਮਾਰ ਕੇ ਇੱਥੇ ਡੇ ਪੈਂਦੇ ਹਾਂ ਉਹਨੇ ਆਪਾਂ ਨੂੰ ਤਾਂ ਪਾਉਣਾ ਹੁੰਦਾ ਵਾ ਮੁੱਕ ਦੀ ਗੱਲ ਭਾਜੀ ਜੋ ਆਪਾਂ ਲੱਭ ਲੈਣਾ ਨਾ ਉਹਦੇ ਵਿੱਚ ਤੇ ਘਰਦਿਆਂ ਦੇ ਲੱਭਣ ਵਿੱਚ ਜਿਹੜਾ ਰੱਬ ਨੇ ਦੇ ਦੇਣਾ ਨਾ ਆਟੋਮੈਟਿਕਲੀ ਕੀ ਨਾ ਕੀ ਹੁੰਦਾ ਕਿ ਅੱਜ ਤੋਂ ਦੋ ਸਾਲ ਪਿੱਛੇ ਚਲੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਹਾਂਜੀ ਉਸ ਟਾਈਮ ਤੇ ਜਿਹੜੀ ਚੀਜ਼ਾਂ ਆਪਣੇ ਨਾਲ ਹੋਈਆਂ ਹੋਣਗੀਆਂ ਨਾ ਆਪਾਂ ਨੂੰ ਲੱਗਦੀਆਂ ਕਿ ਬੜੀਆਂ ਮਾੜੀਆਂ ਹੋਈਆਂ ਵਾ ਅੱਜ ਦੇ ਜੇ ਤੁਸੀਂ ਉਹ ਚੀਜ਼ਾਂ ਨੂੰ ਨੋਟ ਕਰੋਗੇ ਤੁਸੀਂ ਕਹਿਣਾ ਯਾਰ ਉਦੋਂ ਉਹ ਚੀਜ਼ ਵਿੱਚ ਚੰਗਾ ਆਇਆ ਹੈ ਹਾਂਜੀ ਕਿਤੇ ਆਪਣੇ ਬਹਿ ਕੇ ਪੁਰਾਣਾ ਚੀਜ਼ਾਂ ਸੋਚੀਏ ਵੀ ਜਿਹੜੀ ਚੀਜ਼ਾਂ ਪਿੱਛੇ ਰੜਨਾ ਹੋਈਆਂ ਸੀ ਨਾ ਉਹ ਟਾਈਮ 'ਤੇ ਆਪਾਂ ਸੋਚਦੇ ਸੀ ਯਾਰ ਬੜਾ ਮਾੜਾ ਟਾਈਮ ਆ ਗਿਆ ਯਾਰ ਬੜਾ ਮਾੜਾ ਹੁੰਦਾ ਮੇਰੇ ਨਾਲ ਪਰ ਅੱਜ ਆਪਾਂ ਸੋਚੀਏ ਉਹ ਚੀਜ਼ਾਂ ਨੂੰ ਆਪਾਂ ਕਹਿੰਦੇ ਯਾਰ ਬੜਾ ਚੰਗਾ ਆਇਆ ਸੀ ਉਦੋਂ ਅੱਜ ਮੇਰਾ ਉਸ ਚੀਜ਼ 'ਚ ਫਾਇਦਾ ਹੁੰਦਾ ਅੱਜ ਤੋਂ ਪਿੱਛੇ ਚੱਲ ਜਾਈਏ ਚਾਰ ਪੰਜ ਸਾਲਾਂ 'ਚ ਉਦੋਂ ਮੈਂ ਸੋਚਦਾ ਸੀ ਆਹ ਚੀਜ਼ 'ਚ ਮੇਰਾ ਨੁਕਸਾਨ ਹੁੰਦਾ ਅੱਜ ਉਹ ਚੀਜ਼ਾਂ ਸਾਰੀਆਂ ਮੈਨੂੰ ਫਾਇਦਾ ਦੇਣ ਦੀਆਂ ਜਿਹਨਾਂ ਲੋਕਾਂ ਨੇ ਮੇਰਾ ਨੁਕਸਾਨ ਕੀਤਾ ਸੀ ਨਾ ਉਹ ਚੀਜ਼ਾਂ ਤੋਂ ਮੈਨੂੰ ਅੱਜ ਫਾਇਦਾ ਹੁੰਦਾ ਵਾ ਕਾਹਦੇ ਕਰਕੇ ਰੱਬ ਕਰਕੇ ਜੇ ਉਹ ਨਾਲ ਖੜ ਗਿਆ ਨਾ ਆਪਣੇ ਨੁਕਸਾਨ ਲੋਕ ਆਪਣਾ ਨੁਕਸਾਨ ਕਰਨਗੇ ਪਰ ਆਪਣਾ ਫਾਇਦਾ ਹੋਊਗਾ ਇੱਦਾਂ ਚੀਜ਼ ਹੁੰਦੀ ਆ ਹੁਣ ਮੈਨੂੰ ਕਈ ਕਹਿੰਦੇ ਤੈਨੂੰ ਹੇਟ ਕਰਦੇ ਲੋਕ ਤੈਨੂੰ ਗੋਲੀਆਂ ਮਾਰਦੇ ਕਾਰਨ ਕਰਦੇ ਆਪਾਂ ਮਨ 'ਚ ਡਰ ਰੱਖਣ ਕਿਉਂਕਿ ਆਪਣਾ ਕਹਿੰਦਾ ਵੈਰ ਹੀ ਨਹੀਂ ਤੁਸੀਂ ਸਾਰੇ ਆਏ ਜੇ ਜੇ ਤੁਹਾਨੂੰ ਮੈਂ ਚੰਗਾ ਬੋਲੂੰਗਾ ਤੁਸੀਂ ਮੇਰੇ ਨਾਲ ਖੜ ਫੜੀ ਰੱਖੋਗੇ ਜੇ ਮੈਂ ਤੁਹਾਨੂੰ ਆਉਂਦੇ ਇੱਥੇ ਕੱਢੀ ਜਾਊਂ ਯਾਰ ਕਿੱਧਰ ਆਏ ਫਲਾਣ ਆਏ ਚੰਗਾ ਕੋਈ ਨਹੀਂ ਦੱਸ ਦਿੰਦਾ ਕਿਤੇ ਨਾ ਕਿਤੇ ਬੰਦਾ ਹੱਥ ਨਾ ਪੈ ਜਾਂਦਾ ਕਿਸੇ ਨੂੰ ਮਾੜਾ ਨਹੀਂ ਸਮਝਣਾ ਚਾਹੀਦਾ ਕਦੇ ਕਿਸੇ ਨੂੰ ਮਾੜਾ ਨਹੀਂ ਸਮਝਣਾ ਚਾਹੀਦਾ ਮੈਂ ਤਾਂ ਇਹ ਚੀਜ਼ ਸੋਚ ਕੇ ਸਾਰਿਆਂ ਨੂੰ ਮਿਲਦਾ ਕਿ ਜਿਹੜਾ ਵੀਰ ਮਿਲਣ ਆਇਆ ਤੁਸੀਂ ਟਾਈਮ ਕੱਢ ਕੇ ਆਏ ਅਕਸਰ ਨੂੰ ਹਾਂਜੀ ਹਾਂਜੀ ਕੰਮ ਤੁਹਾਨੂੰ ਬਥੇਰੇ ਹੋਣੇ ਕਿੰਨੇ ਬੰਦੇ ਤੁਸੀਂ ਆਪਾਂ ਚੰਗੀਆਂ ਚੀਜ਼ਾਂ ਭਾਈ ਤੁਹਾਡੇ ਕੋਲ ਸਿੱਖਣ ਨੂੰ ਮਿਲਦੀਆਂ ਤਦੇ ਤੁਹਾਡੇ ਨਾਲ ਜੁੜੇ ਹੋਏ ਮੋਕਰੀ ਗੱਲ ਮੇਰੇ ਜੋ ਦਿਲ 'ਚ ਮੈਂ ਕਹਿ ਦਿੰਦਾ ਮੈਨੂੰ ਨਹੀਂ ਪਤਾ ਚੰਗਾ ਕਿ ਮਾੜਾ ਵਧੀਆ ਲੱਗਦਾ ਭਾਈ ਸਾਰਿਆਂ ਨੂੰ ਆਪਾਂ ਜਦੋਂ ਘਰੋਂ ਤੁਰੇ ਨਾ ਉਦੋਂ ਕੋਈ ਵਲੋਗ ਲੱਗਦਾ ਨਹੀਂ ਸੀਨ ਤੇ ਸਿਰਫ ਇਹਦਾ ਹੀ ਜਿਹਨੂੰ ਕਹਿੰਦੇ ਵੀ ਤੁਰੇ ਤੇ ਗੱਲਾਂ ਚੱਲਣ ਦੀਆਂ ਤੇ ਮੈਂ ਇਹਨਾਂ ਨੂੰ ਪੁੱਛਣ ਮੈਂ ਕਿਹਾ ਵੀ ਵਲੋਗ ਕੌਣ ਕੌਣ ਵਹਿੰਦਾ ਤੁਹਾਡੇ ਤੋਂ ਭਲਾ ਤੇ ਕਹਿੰਦੇ ਸਾਰੇ ਵਹਿੰਦੇ ਆ ਫਿਰ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਵਲੋਗ ਵਾਲੇ 'ਚ ਕੀ ਹੋਇਆ ਭਲਾ ਕੱਲ੍ਹ ਵਾਲੇ 'ਚ ਇਹ ਕਹਿੰਦਾ ਮਹਾਂਵੀਰ ਭਾਬੀ ਬਣਾ ਤੀ ਉਹ ਤਾਂ ਚਲੋ ਛੱਡੋ ਨਹੀਂ ਉਹ ਡਾਰਲਿੰਗ ਬੜੇ ਚੱਦਾ ਸੋਚਿਆ ਸੀ ਮਤਲਬ ਸੀ ਨਾ ਚਲੋ ਸਹੇਲੀਆਂ ਸਹੂਲੀਆਂ ਨੇ ਗੱਲ ਵੱਖਰੀ ਮੀ ਉਹਦੇ ਵਿੱਚ ਮੈਂ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਨੂੰ ਸਭ ਕੁਝ ਮਿਲ ਜਾਂਦਾ ਲਾਈਫ ਦੇ ਵਿੱਚ ਜਿੰਨਾ ਚਿਰ ਆਪਾਂ ਪੈਸਾ ਨਹੀਂ ਆਪਣੇ ਕੋਲ ਨਾ ਆਉਂਦਾ ਹਾਂਜੀ ਪੈਸਾ ਨਹੀਂ ਆਪਣੇ ਕੋਲ ਆਉਂਦਾ ਉਹਨਾਂ ਚਿਰ ਆਪਾਂ ਮਿੱਟੀ ਹਾਂ ਪੈਸਾ ਕਮਾਉਣਾ ਕਿੱਦਾਂ ਵਾ ਇਹ ਤੁਹਾਨੂੰ ਪਤਾ ਮਾੜੇ ਕੰਮ ਕਰਕੇ ਕਮਾਇਆ ਜਾਂਦਾ ਚੰਗੇ ਕੰਮ ਕਰਕੇ ਕਮਾਇਆ ਜਾਂਦਾ ਚੰਗੇ ਕੰਮ ਕਰਕੇ ਥੋੜ੍ਹਾ ਟਾਈਮ ਲੱਗ ਜਾਂਦਾ ਹਾਂਜੀ ਮਾੜੇ ਕੰਮ ਕਰਕੇ ਛੇਤੀ ਕਮਾਵਾਂਗੇ ਪਰ ਆਪਣੇ ਪਿੱਛੇ ਆਪਣਾ ਕ੍ਰਿਮੀਨਲ ਰਿਕਾਰਡ ਮਾੜਾ ਹੁੰਦਾ ਹਾਂਜੀ ਜੇ ਮੈਂ ਗਲਤ ਕੰਮ ਕਰੂੰਗਾ ਹੁਣ ਮੈਨੂੰ ਲੋਕੀ ਕਹਿੰਦੇ ਢਿੱਲੋ ਬਲੈਕ ਕਰਦਾ ਕਹਿੰਦੇ ਨਾ ਪਰ ਮੈਂ ਪੁਲਿਸ ਇੰਨੀ ਪਾਗਲ ਨਹੀਂ ਹੁੰਦੀ ਜੇ ਮੈਂ ਕਰਦਾ ਉਹ ਮੈਨੂੰ ਛੱਡਣਗੇ ਨਹੀਂ ਉਹ ਇਹਨਾਂ ਦੇ ਮਹਿਕਮੇ ਦਾ ਵਾ ਪੁਲਿਸ ਕਾਨੂੰਨ ਸਭ ਲਈ ਇੱਕ ਆ ਤਾਂ ਕਰਕੇ ਆ ਕਿ ਜੇ ਆਪਾਂ ਚੰਗੇ ਕੰਮ ਕਰਾਂਗੇ ਉਹਨਾਂ ਨੂੰ ਮਹਿਕਮੇ ਨੂੰ ਲੋਕੀ ਬਥੇਰੀ ਉਂਗਲਾਂ ਲਾਉਂਦੇ ਜਾ ਕੇ ਥਾਣੇ ਹਾਂਜੀ ਤੇ ਇਹ ਜਿੰਦਾ ਕਿ ਤੁਸੀਂ ਸਾਰਾ ਵਲੋਗ ਵੇਖ ਹੀ ਲਿਆ ਵਾ ਅਤੇ ਇੱਥੇ ਆਪਾਂ ਵਲੋਗ ਦੀ ਕਰਦੇ ਹਾਂ ਸਮਾਪਤੀ ਹੋਰ ਗੱਲਾਂ ਕਰਦੇ ਪਏ ਸੀ ਆਪਾਂ ਉਹਨਾਂ ਦੇ ਨਾਲ ਅਤੇ ਫੋਨ ਜਿਹੜੇ ਸਾਡੇ ਸਾਰਿਆਂ ਦੇ ਸੀਗੇ ਡਾਊਨ ਜਿਹਦੇ ਕਰਕੇ ਆਪਾਂ ਅੱਗੇ ਤੁਹਾਡੇ ਵੀਡੀਓ ਤੁਹਾਡੇ ਲਈ ਨਹੀਂ ਬਣਾ ਸਕੇ ਉਹਦੇ ਲਈ ਚਾਹੁੰਦੇ ਹਾਂ ਮਾਫ਼ੀ ਅਤੇ ਕਮੈਂਟ ਕਰਕੇ ਦੱਸਿਓ ਵੀ ਅਗਲਾ ਵਲੋਗ ਤੁਹਾਨੂੰ ਕਿੱਦਾਂ ਦਾ ਚਾਹੀਦਾ ਵਾ
ਜਾਂ ਫਿਰ ਕਿਹਦੇ ਨਾਲ ਚਾਹੀਦਾ ਜੇ ਕਿਸੇ ਦੇ ਨਾਲ ਕਹੋਗੇ ਆਪਾਂ ਉਹਦੇ ਨਾਲ ਹੀ ਬਣਾ ਦਾਂਗੇ ਜਿਹਦਾ ਮਰਜ਼ੀ ਨਾਲ ਲੈ ਦੋ ਬਣਾ ਦਾਂਗੇ ਆਪਾਂ ਉਹ ਸਾਡੀ ਸਿਰ ਦਿੱਤੀ ਆ ਬਣਾ ਦਾਂਗੇ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਢਿੱਲੋਪਰੀ ਜਿਹੜੇ ਫੈਨ ਆ ਉਹਨਾਂ ਦੀ ਜਿਹੜੀ ਗੱਲ ਕਹੀ ਆ ਉਹ ਤੁਸੀਂ ਸੁਣੀ ਲਈ ਹੋਣੀ ਪਹਿਲਾਂ ਅਤੇ ਤੁਹਾਡਾ ਮਾਣ ਕਰਦੇ ਸਾਰੇ ਨੇ ਅਤੇ ਆਪਣਾ ਵੀ ਥੋੜ੍ਹਾ ਜਿਹਾ ਪਿਆਰ ਦਿਖਾਇਓ ਇੱਧਰ ਨੂੰ ਵੀ ਬਹੁਤ ਵਧੀਆ ਲੱਗਾ ਯਾਰ ਭਾਅ ਜੀ ਨੂੰ ਮਿਲ ਕੇ ਪੂਰੇ ਡਾਊਨ ਟੂ ਅਰਥ ਬੰਦੇ ਆ ਚਲੋ ਇਸੇ ਵਲੋਗ ਦੇ ਨਾਲ ਆਪਾਂ ਵਲੋਗ ਦੀ ਸਮਾਪਤੀ ਕਰਦੇ ਹਾਂ ਅਤੇ ਆਹ ਗੱਲ ਸੁਣ ਕੇ ਜਾਇਓ ਸਾਰਿਆਂ ਨੇ ਕੈਰੀ ਮਨਾਟੀ ਦੀ तुम्हें वीडियो पसंद आई तो लाइक मारो यार, मुझे नहीं पता मुझे 2 मिलियन लाइक्स चाहिए, कैसे ना कैसे करके मुझे चाहिए। इतना झिला मैं कभी नहीं हूंगा अपनी पूरी जिंदगी में जितना इसमें झिला हूं, मुझे चाहिए ही चाहिए। तो लाइक मारो, और अगर तुम लोग नए हो तो सब्सक्राइब करो, वो जो लाल वाला बटन है उस पर फूट फेंक के मारो या फिर मोमबत्ती, मुझे नहीं पता, बस क्लिक हो जाना चाहिए। अब मैं भी जा रहा हूं, मुझे पैसों के पीछे भागना है।